Hello and welcome to the Moon Stars channel. Please click on subscribe button to subscribe our channel and click on bell icon for more updates about our channel. Waheguru Ji Ka Khalsa, Waheguru Ji Ki Fateh. Aaj assi aaye haan Ropar headworks de utte te aaj assi tuhanu darshan karawange Gurudwara Tibbi Sahib jisnu ke alag alag naamaan naal jaana janda hai. Gurudwara Head Darbar Fort Puran ate Gurudwara Lakad Sahib. ਅਤੇ ਕਾਫੀ ਸਾਰੀਆਂ ਸੰਗਤਾਂ ਨੇ ਜਿਹੜੀਆਂ ਇੱਥੇ ਨਤਮਸਤਕ ਹੋ ਕੇ ਜਾਂਦੀਆਂ ਹਨ ਅਤੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇੱਥੋਂ ਦੇ ਇਤਿਹਾਸ ਬਾਰੇ ਸੰਖੇਪ ਵਿੱਚ ਜਾਣਾਂਗੇ ਅਤੇ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਸੰਖੇਪ ਵਿੱਚ ਦੱਸਾਂਗੇ ਸੋ ਆਓ ਅਸੀਂ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਗੁਰਦੁਆਰਾ ਟਿੱਬੀ ਸਾਹਿਬ ਦਾ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋ ਵਾਲੀਏ ਜਿਹੜੇ 19ਵੀਂ ਸਦੀ ਦੇ ਮਹਾਨ ਅਵਤਾਰ ਮਹਾਨ ਸੰਤ ਅਤੇ ਸੰਗਤਾਂ ਇਹਨਾਂ ਨੂੰ ਅਵਤਾਰ ਦੀ ਤਰ੍ਹਾਂ ਪੂਜਦੀਆਂ ਸਨ ਕਿਉਂਕਿ ਜੋ ਸੰਤ ਬਾਬਾ ਜਵਾਲਾ ਸਿੰਘ ਜੀ ਦਾ ਪਿਛੋਕੜ ਸੀ ਉਹ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੁੜਿਆ ਹੋਇਆ ਸੀ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਬਜ਼ੁਰਗ ਭਾਈ ਕੁੰਮਾ ਜੀ 10ਵੀਂ ਪਾਤਸ਼ਾਹੀ ਜੀ ਦੇ ਹਜ਼ੂਰੀਏ ਲਾਂਗਰੀ ਸਨ ਜੋ ਕਿ ਹਰ ਸਮੇਂ ਸੇਵਾ ਲਈ ਤਤਪਰ ਰਹਿਣ ਵਾਲੇ ਸਨ ਜਦੋਂ ਕਾਫੀ ਸਮਾਂ ਸੇਵਾ ਕਰਦਿਆਂ ਨੂੰ ਹੋ ਗਿਆ ਤਾਂ ਇੱਕ ਦਿਨ 10ਵੇਂ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਭਾਈ ਕੁੰਮਾ ਜੀ ਨੂੰ ਆਪਣੇ ਪਾਸ ਬੁਲਾ ਕੇ ਪੁੱਛਿਆ ਤੇਰਾ ਨਾਮ ਕੀ ਹੈ ਪਿੰਡ ਤੇ ਇਲਾਕਾ ਕਿਹੜਾ ਹੈ ਭਾਈ ਕੁੰਮਾ ਜੀ ਨੇ ਬੇਨਤੀ ਕੀਤੀ ਕਿ ਮੇਰਾ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਹਲਪੁਰ ਕਸਬੇ ਦੇ ਨੇੜੇ ਸਕਰੋਲੀ ਹੈ ਭਗਵਈਆ ਪੱਤੀ ਵਿੱਚ ਵਸਿਆ ਇੱਕ ਛੋਟਾ ਜਿਹਾ ਨਗਰ ਜਿਸਦਾ ਨਾਮ ਵੀ ਭਗਵਈਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਭਾਈ ਕੁੰਮਾ ਜੀ ਨੂੰ ਆਖਿਆ ਕਿ ਜਾ ਸਿੱਖਾ ਤੇਰੀ ਘਾਲਣਾ ਥਾਂ ਪੈ ਗਈ ਹੁਣ ਤੂੰ ਆਪਣੇ ਇਲਾਕੇ ਦੁਆਬੇ ਵਿੱਚ ਗੁਰਮਤ ਦਾ ਪ੍ਰਚਾਰ ਕਰ ਲੰਗਰ ਚਲਾ ਅਤੇ ਨਗਰ ਵਸਾ ਭਾਈ ਕੁੰਮਾ ਜੀ ਨੇ ਨਿਮਰਤਾ ਅਤੇ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਉਹਨਾਂ ਦੇ ਨਿੱਜੀ ਲਾਂਗਰੀ ਹੋਣ ਕਰਕੇ ਪਿੰਡ ਦਾ ਨਾਮ ਵੀ ਲੰਗੇਰੀ ਹੀ ਰੱਖਿਆ ਬਾਕੀ ਰਹਿੰਦੀ ਉਮਰ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ਾਂ ਅਨੁਸਾਰ ਸੇਵਾ ਸਿਮਰਨ ਵਿੱਚ ਹੀ ਬਤੀਤ ਕੀਤੀ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਸੰਪਰਦਾ ਭਾਈ ਦਇਆ ਸਿੰਘ ਜੀ ਜੋ ਪੰਜ ਪਿਆਰਿਆਂ ਦੇ ਮੁਖੀ ਸਨ ਤੋਂ ਸ਼ੁਰੂ ਹੋਈ ਭਾਈ ਦਇਆ ਸਿੰਘ ਜੀ ਤੋਂ ਬਾਅਦ ਭਾਈ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਵਾਲੇ ਬਾਬਾ ਭਾਗ ਸਿੰਘ ਜੀ ਕਰੀ ਵਾਲੇ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਬਾਬਾ ਮਹਾਰਾਜ ਜੀ ਨੌਰੰਗਾਬਾਦ ਵਾਲੇ ਬਾਬਾ ਖੁਦਾ ਸਿੰਘ ਲਾਹੌਰ ਵਾਲੇ ਬਾਬਾ ਰਾਮ ਸਿੰਘ ਜੀ ਵਿਰਕਤ ਨੌਰੰਗਾਬਾਦ ਵਾਲੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੋਂ ਬਾਅਦ ਸੰਤ ਜਵਾਲਾ ਜੀ ਸੰਪਰਦਾ ਦੇ ਮੁਖੀ ਬਣੇ ਜਿਨ੍ਹਾਂ ਦਾ ਜਨਮ ਮਾਤਾ ਰਾਜ ਕੌਰ ਜੀ ਦੀ ਕੁੱਖੋਂ ਸਰਦਾਰ ਨਰੈਣ ਸਿੰਘ ਜੀ ਦੇ ਘਰ ਹੋਇਆ ਸੰਤ ਜਵਾਲਾ ਸਿੰਘ ਜੀ ਨੇ ਸੰਨ 1952 ਤੋਂ ਪਹਿਲਾਂ ਕਈ ਵਾਰ ਇਸ ਜਗ੍ਹਾ ਤੇ ਸੰਗਤਾਂ ਸਮੇਤ ਆਪਣੇ ਚਰਨ ਪਾਏ ਸਨ ਸੰਨ 1962 ਵਿੱਚ ਸੰਤ ਬਾਬਾ ਭਗਤ ਸਿੰਘ ਜੀ ਬ੍ਰਹਮ ਗਿਆਨੀ ਸੰਤ ਮਹਿੰਦਰ ਸਿੰਘ ਜਿਹੜੇ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਜਗ੍ਹਾ ਮਹੰਤ ਹੋਏ ਹਨ ਉਹਨਾਂ ਨੂੰ ਨਾਲ ਲੈ ਕੇ ਸੰਤ ਸ਼ਾਦੀ ਸਿੰਘ ਜੀ ਮਹਾਰਾਜ ਸੰਤ ਹਰੀ ਸਿੰਘ ਜੀ ਸੰਤ ਗਿਆਨ ਸਿੰਘ ਜੀ ਅਤੇ ਹੋਰ ਕਈ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਇੱਥੇ ਆਏ ਸੰਤ ਬਾਬਾ ਭਗਤ ਸਿੰਘ ਜੀ ਦਾ ਬਚਨ ਸੀ ਕਿ ਪਿਛਲੇ ਜਨਮ ਵਿੱਚ ਅਸੀਂ ਇੱਥੇ ਤਪੱਸਿਆ ਕੀਤੀ ਸੀ ਅਤੇ ਵੱਡੇ ਵੱਡੇ ਰਿਸ਼ੀ ਮੁਨੀ ਅਵਤਾਰਾਂ ਨੇ ਇੱਥੇ ਤਪੱਸਿਆ ਕੀਤੀ ਇਹ ਉਹ ਹੀ ਘਰ ਹੈ ਜਿਸ ਨੇ ਕਿਸ਼ਤੀ ਵਾਂਗ ਦਰਿਆ ਨੂੰ ਪਾਰ ਕੀਤਾ ਸੀ ਇੱਕ ਵਾਰ ਸੰਤ ਜੀ ਨੂੰ ਅੰਬਾਲੇ ਜਾਣ ਦਾ ਹੁਕਮ ਹੋਇਆ ਰਸਤੇ ਵਿੱਚ ਬਹੁਤ ਵੱਡਾ ਹੜ੍ਹ ਆਇਆ ਹੋਇਆ ਸੀ ਅੰਬਾਲੇ ਨੂੰ ਚਾਲੇ ਪਾ ਦਿੱਤੇ ਪਰ ਜਦੋਂ ਕਾਰ ਮੁਬਾਰਕਪੁਰ ਕੋਲ ਪਹੁੰਚੀ ਤਾਂ ਦਰਿਆ ਘੱਗਰ ਵਿੱਚ ਬਹੁਤ ਵੱਡਾ ਹੜ੍ਹ ਆਇਆ ਹੋਇਆ ਸੀ ਡਰਾਈਵਰ ਨੇ ਕਾਰ ਰੋਕ ਦਿੱਤੀ ਸਾਰੇ ਸੰਤ ਗੱਡੀ 'ਚੋਂ ਬਾਹਰ ਆਏ ਅਤੇ ਪਾਣੀ ਦੇ ਵੇਗ ਨੂੰ ਵੇਖਣ ਲੱਗੇ ਉਦੋਂ ਪੁੱਲ ਵੀ ਨਹੀਂ ਸੀ ਇੰਨੇ ਨੂੰ ਸੰਤ ਹਰੀ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਖਵਾਜਾ ਆਪ ਜੀ ਨੂੰ ਨਮਸਕਾਰ ਕਰਨ ਆਏ ਹਨ ਤਾਂ ਸੰਤ ਮਹਾਰਾਜ ਜੀ ਖੁਸ਼ੀ ਦੇ ਘਰ ਵਿੱਚ ਆਏ ਅਤੇ ਆਪਣੇ ਚਰਨ ਪਾਣੀ ਵਿੱਚ ਪਾ ਕੇ ਖਵਾਜਾ ਜੀ ਨੂੰ ਨਮਸਕਾਰ ਪ੍ਰਵਾਨ ਕੀਤੀ ਉਸ ਤੋਂ ਬਾਅਦ ਸਾਰੀ ਸੰਤ ਮੰਡਲੀ ਕਾਰ ਵਿੱਚ ਆਣ ਬੈਠੀ ਸੰਤ ਮਹਾਰਾਜ ਜੀ ਨੇ ਡਰਾਈਵਰ ਨੂੰ
ਕਾਰ ਦਰਿਆ ਵਿੱਚ ਠੇਲ ਦੇਣ ਦਾ ਹੁਕਮ ਦਿੱਤਾ। ਡਰਾਈਵਰ ਸਰਦਾਰ ਅਨੂਪ ਸਿੰਘ ਜੀ ਨੂੰ ਸੰਤਾ ਤੇ ਪੂਰਨ ਭਰੋਸਾ ਸੀ। ਉਹਨਾਂ ਨੇ ਹੁਕਮ ਕਰਕੇ ਕਾਰ ਦਰਿਆ ਵਿੱਚ ਠੇਲ ਦਿੱਤੀ। ਕਾਰ ਦਰਿਆ ਨੂੰ ਇੰਝ ਪਾਰ ਕਰ ਗਈ ਜਿਵੇਂ ਮੋਟਰ ਵਾਲੀ ਕਿਸ਼ਤੀ ਪਾਰ ਕਰ ਗਈ। ਇਸ ਜਗ੍ਹਾ ਦੇ ਨੇੜੇ ਸਤਲੁਜ ਦਰਿਆ ਤੇ ਕੋਈ ਪੁੱਲ ਨਹੀਂ ਸੀ, ਇਸ ਕਰਕੇ ਕਿਸ਼ਤੀ ਦਾ ਪਤਨ ਪੈਂਦਾ ਸੀ। ਦਹਿਆਂ ਦਾ ਪਤਨ ਹੋਣ ਕਰਕੇ ਕਿਸ਼ਤੀਆਂ ਰਾਹੀਂ ਬਹੁਤ ਪਾਤਸ਼ਾਹੀਆਂ ਵੀ ਇਸ ਜਗ੍ਹਾ ਤੇ ਚਰਨ ਪਾ ਕੇ ਆਰਾਮ ਕਰਕੇ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੀਆਂ ਸਨ। ਸੰਤਾਂ ਨੇ ਬਚਨ ਕੀਤੇ ਸਨ ਕਿ ਇਹ ਜਗ੍ਹਾ ਬਹੁਤ ਪਵਿੱਤਰ ਹੈ ਅਤੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਇਆ ਕਰਨਗੀਆਂ। ਇਸ ਜਗ੍ਹਾ ਉੱਤੇ ਬਹੁਤ ਵਧੀਆ ਗੁਰਦੁਆਰਾ ਬਣੇਗਾ ਅਤੇ 24 ਘੰਟੇ ਲੰਗਰ ਚੱਲਦਾ ਰਹੇਗਾ ਅਤੇ ਅਣਗਿਣਤ ਸੰਗਤਾਂ ਇੱਥੇ ਪ੍ਰਸ਼ਾਦਾ ਛੱਕ ਕੇ ਅੱਗੇ ਜਾਇਆ ਕਰਨਗੀਆਂ। ਸੰਤ ਜਵਾਲਾ ਸਿੰਘ ਜੀ ਨੇ ਸੰਤ ਸ਼ਾਦੀ ਸਿੰਘ ਜੀ ਅਤੇ ਸੰਤ ਹਰੀ ਸਿੰਘ ਜੀ ਦੀ ਡਿਊਟੀ ਲਗਾਈ ਕਿ ਇਸ ਜਗ੍ਹਾ 'ਤੇ ਦਿਨ ਰਾਤ ਲੰਗਰ ਚਲਾਉਣਾ ਹੈ। ਉਹਨਾਂ ਦੇ ਬਚਨਾਂ ਅਨੁਸਾਰ ਉਦੋਂ ਤੋਂ ਹੀ ਲੰਗਰ ਦੀ ਪ੍ਰਥਾ ਸ਼ੁਰੂ ਹੈ, ਅਟੁੱਟ ਲੰਗਰ ਚੱਲ ਰਿਹਾ ਹੈ। ਇਸ ਜਗ੍ਹਾ 'ਤੇ ਸੰਤ ਸ਼ਾਦੀ ਸਿੰਘ ਜੀ ਨੇ ਲੱਕੜ ਦਾ ਗੁਰਦੁਆਰਾ ਸਾਹਿਬ ਤਿਆਰ ਕਰਵਾਇਆ ਜਿਸ ਨੂੰ ਕਿ ਬੜੀ ਮਿਹਨਤ ਨਾਲ ਸਾਂਭਿਆ ਹੋਇਆ ਹੈ। ਸੰਨ 1987 ਵਿੱਚ ਸੰਤ ਸ਼ਾਦੀ ਸਿੰਘ ਜੀ ਨੇ ਆਪਣਾ ਸਰੀਰ ਤਿਆਗਣ ਤੋਂ ਪਹਿਲਾਂ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਅਤੇ ਆਪਣਾ ਤਿਆਗ ਕੇ ਸੱਚਖੰਡ ਜਾ ਵਿਰਾਜੇ। ਗੁਰਦੁਆਰਾ ਸਾਹਿਬ ਦੇ ਨੇੜੇ ਕਾਫ਼ੀ ਡੂੰਘੇ ਡੂੰਘੇ ਟੋਏ ਅਤੇ ਘਣੇ ਜੰਗਲ ਸਨ। ਸੰਤ ਬਾਬਾ ਖੁਸ਼ਹਾਲ ਸਿੰਘ ਜੀ ਨੇ ਕੁਝ ਹੀ ਸਾਲਾਂ ਵਿੱਚ ਟੋਏ ਭਰਵਾ ਕੇ ਉੱਚੀ ਨੀਵੀਂ ਜਗ੍ਹਾ ਨੂੰ ਪੱਧਰਾ ਕਰਕੇ ਵਾਹੀਯੋਗ ਜ਼ਮੀਨੀ ਬਣਾਈ ਅਤੇ ਇਸ ਜਗ੍ਹਾ 'ਤੇ ਬਹੁਤ ਵੱਡਾ ਆਲੀਸ਼ਾਨ ਗੁਰਦੁਆਰਾ ਸਾਹਿਬ ਦਾ ਹਾਲ ਬਣਾਇਆ ਅਤੇ ਲੰਗਰ ਹਾਲ ਵੀ ਬਣਵਾਇਆ। ਸੰਤ ਬਾਬਾ ਖੁਸ਼ਹਾਲ ਸਿੰਘ ਜੀ ਨੇ ਸੰਨ 1998 ਵਿੱਚ ਆਪਣੀ ਸਹਾਇਤਾ ਵਾਸਤੇ ਆਪਣੀ ਮਰਜ਼ੀ ਨਾਲ ਸੰਤ ਬਾਬਾ ਅਵਤਾਰ ਸਿੰਘ ਜੀ ਨੂੰ ਗੁਰਦੁਆਰਾ ਸਦਾਵਰਤ ਇੱਥੇ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਲੱਕੜ ਸਾਹਿਬ ਲੈ ਕੇ ਆਏ। ਬਾਬਾ ਅਵਤਾਰ ਸਿੰਘ ਜੀ ਨੇ ਕੁਝ ਹੀ ਸਮੇਂ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁੰਦਰ ਬਣਾਉਣ, ਦਰਸ਼ਨੀ ਡਿਊਟੀ, ਪਾਣੀ ਦੀ ਟੈਂਕੀ ਅਤੇ 2 ਡੂੰਘੇ ਬੋਰ, ਪੱਕੀ ਸੜਕ, ਬਾਹਰਲਾ ਮੇਨ ਗੇਟ, ਪਾਰਕ, ਫੁਹਾਰੇ, ਬਾਇਓਗੈਸ ਪਲਾਂਟ, ਗੁਰਦੁਆਰਾ ਸਾਹਿਬ ਦੇ 4 ਚੁਫੇਰੇ, ਹਜ਼ਾਰਾਂ ਦੀ ਟਰੱਕ ਮਿੱਟੀ ਦੇ ਪਾ ਕੇ ਉੱਪਰ ਪੱਥਰਾਂ ਦੀ ਸੀਮਿੰਟਡ ਪਿਚਿੰਗ, ਫਲ ਫਰੂਟ ਦੇ ਬੂਟੇ, ਸਬਜ਼ੀਆਂ ਅਤੇ ਫਸਲ ਦੇ ਕਈ ਖੇਤ, ਪਖਾਨੇ, ਬਾਥਰੂਮ ਅਤੇ ਸੰਗਤਾਂ ਦੇ ਰਹਿਣ ਵਾਸਤੇ ਕਮਰੇ ਤਿਆਰ ਕਰਵਾਏ ਹਨ। ਰੋਜ਼ਾਨਾ ਅਣਗਿਣਤੀ ਸੰਗਤਾਂ ਇੱਥੇ ਆਉਂਦੀਆਂ ਹਨ ਅਤੇ ਕੀਰਤਨ ਦਾ ਆਨੰਦ ਮਾਣ ਕੇ ਆਪਣਾ ਜੀਵਨ ਸਫਲ ਕਰਦੀਆਂ ਹਨ। ਹਰ ਮਹੀਨੇ ਸੰਗਰਾਂਦ 'ਤੇ ਲਗਭਗ 25,000 ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆਉਂਦੇ ਹਨ ਅਤੇ ਹਰ ਸਾਲ ਵਿਸਾਖੀ 'ਤੇ ਲਗਭਗ 2.5 ਲੱਖ ਦੀ ਗਿਣਤੀ ਵਿੱਚ ਸੰਗਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।